ਦੇਸ਼ਪੁਰਪ ਵਿਦ ਡਾਕਟਰ ਨਵਦੀਪ ਸ਼ਰਮਾ 글로ਬਲੀ ਰੈਨਾਉਡ ਆਯੁਰਵੇਦਿਕ ਹੀਲਾ ਜਸ ਪੰਜਾਬੀ ਦੇ ਸਾਰੇ ਵੀਅਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬੱਕਰੀ ਦੇ ਦੁੱਧ ਦੇ ਬਾਰੇ ਚ ਅੱਜ ਕੱਲ ਬਹੁਤ ਯਾਦਾ ਸਨੋ ਲਿਟਰੇਚਰ ਮਿਲਦਾ ਵੈ ਦੇਖੋ ਬੱਕਰੀ ਦੇ ਦੁੱਧ ਦੀ ਜਦੋਂ ਆਪਾਂ ਗੱਲ ਕਰ ਰਿਹਾ ਕਸ਼ਾਏ ਰਸ ਪ੍ਰਧਾਨ ਆਯੁਰਵੇਦ ਚ ਇਹਨੂੰ ਮੰਨਿਆ ਗਿਆ ਵੈ ਮਤਲਬ ਐਸਟ੍ਰਿੰਜੈਂਟ ਐਹੀ ਕਾਰਨ ਹੈ ਕਿ ਕਿਤੇ ਵੀ ਕੋਈ ਬਲੀਡਿੰਗ ਡਿਸਆਰਡਰ ਹੋ ਰਿਹਾ ਵੈ ਕਿਸੇ ਦੇ ਪਲੇਟਲੇਟ ਕਾਊਂਟ ਘਟ ਗਏ ਨੇ ਕਿਸੇ ਦੇ ਨੋਰਮਲ ਬਲੱਡ ਦੇ ਬਾਕੀ ਵੀ ਜਿੰਨੇ ਸੈਲਸ ਨੇ ਉਹ ਘਟ ਰਹੇ ਨੇ ਬੱਕਰੀ ਦੇ ਦੁੱਧ ਦਾ ਬਹੁਤ ਲਾਭ ਹੈ ਜੀ ਉਹਦੇ ਕੇਸ ਚ ਬੱਕਰੀ ਦਾ ਦੁੱਧ ਕਿਉਂਕਿ ਇਹ ਸਟ੍ਰਿੰਜੈਂਟ ਹੈ ਇਹ ਪਚਨ ਚ ਮੱਝ ਦੇ ਦੁੱਧ ਦੇ ਨਾਲੋਂ ਕੰਪੈਰੀਟਿਵਲੀ ਆਸਾਨੀ ਦੇ ਨਾਲ ਜਿਹੜਾ ਵਾ ਉਹ ਪਚ ਜਾਇਆ ਕਰਦਾ ਵਾ ਇਹੀ ਕਾਰਨ ਹੈ ਕਿ ਕਿਸੇ ਨੂੰ ਕ੍ਰੌਨਸ ਡਿਜ਼ੀਜ਼ ਹੈ ਅਲਸਰੇਟਿਵ ਕੋਲਾਈਟਿਸ ਹੈ ਜਿਸ ਕਾਰਨ ਕਿ ਉਹ ਨੋਰਮਲ ਮਿਲਕ ਜਿਹੜਾ ਵੈ ਉਹਦਾ ਬੰਦ ਕੀਤਾ ਗਿਆ ਵੈ ਲੈਕਟੋਸ ਇਨਟੋਲਰੈਂਸ ਹੈ ਬੱਕਰੀ ਦੇ ਦੁੱਧ ਦਾ ਤੁਸੀਂ ਸੇਵਨ ਕਰ ਸਕਦੇ ਹੋ ਫਾਇਦਾ ਵੀ ਕਰੇਗਾ ਤੇ ਦਵਾਈ ਦਾ ਕੰਮ ਵੀ ਕਰੇਗਾ ਬੋਡੀ 'ਚ ਜਿਹੜੇ ਆਟੋ ਇਮਿਊਨ ਡਿਸਆਰਡਰਸ ਨੇ ਜਿਦੇ 'ਚ ਬੋਡੀ ਦਾ ਆਪਣਾ ਇਮਿਊਨ ਸਿਸਟਮ ਹੀ ਆਪਣੇ ਹੀ ਬੋਡੀ ਦੇ ਸੈਲਸ ਉੱਪਰ ਅਟੈਕ ਕਰ ਰਿਹਾ ਵੈ ਉੱਥੇ ਵੀ ਬੱਕਰੀ ਦਾ ਦੁੱਧ ਬਹੁਤ ਜ਼ਿਆਦਾ ਲਾਭ ਕਰਦਾ ਵੈ ਬੱਕਰੀ ਦੇ ਦੁੱਧ ਦੇ ਕੀ ਫਾਇਦੇ ਨੇ ਹੋਰ ਐ ਕਿਸ ਤਰ੍ਹਾਂ ਲੈਣਾ ਵੈ ਇਦੇ ਬਾਰੇ ਵਿੱਚ ਵਧੇਰੀ ਜਾਣਕਾਰੀ ਵਾਸਤੇ ਤੁਸੀਂ ਸਾਡੇ ਹੈਲਪਲਾਈਨ ਨੰਬਰਸ ਤੇ ਕਾਲ ਕਰ ਸਕਦੇ ਹੋ ਜੀ ਸਸ਼ਟੇ ਕਾਲ ਜੀ ਸਟੇ ਰੈਸ਼ ਪੁਸ਼ਟ ਵਿਦ ਡਾਕਟਰ ਨਵਦੀਪ ਸ਼ਰਮਾ 글로ਬਲੀ ਰੈਨਾਉਂਡ ਆਯੁਰਵੇਦਿਕ ਹੀਲਰ